दयाल परमत बहारिया भगत वचन तेरा विरद हर पतत उदारिया तुझ बिन नाही कोए बिना बोहि सारिया कर गए लिहो दयाल सागर संसारिया जा में अमृत ज्ञान है मानक भगत बराग श्री गुरु ग्रंथ साहिब उदद बंदों कर अनुराग दरमादे ठाडे दरबार तुद बिन सुरत करे को मेरी दर्शन दीजै खोल किवा तुम तन तनी उदार त्यागी सरवण सुनि सो जस तुम्हार मांगो कहे रंक सब देखो तुम ही ते मेरो निस्तार जय दुनामा बिप सुदामा तिनको कृपा पई है पार कह कबीर तुम समर्थ दाते चार पदार्थ देत नवा किरत परब आया परया तो शरण आए नानक की प्रभु बेनती अपनी भक्ति लाए सोरठ महला पंजवा तक कर्म कमावने दोसना काहू जोग परमेश्वर ते भुलिया व्यापन सबे रोग कतक कर्म कमावणे वाहे गुरु जी का खालसा वाहे गुरु जी की फतेह सतगुरां दी साजी और नवाजी परम पूज सन्मान योग गुरु खालसा साहिब सिंह जीओ आपां कतक दे मिण दी सरां दा शुभ दिहाड़ा इहदे उत्ते वाहेगुरु दी कृपा द्वारा मेरे भी की सिद्धांत है की कह रहा की सिखिया ये किवें सफल होगा ये की गुण संग्रह करने हैं की त्यागने हैं बहुत कुछ हों सिद्धांत तात्पर्य सुपुरु विच जेड़े इस उपदेश नूं जेड़े महीने दे सिद्धांत नूं सुन के माई भाई कुछ कमाण का प्रयत्न करते हैं वो लोग सुखी परलोक हो जाते हैं परलोक भी सुख इतने भी जेडे गुरु घर आगे बढ़ते ही नहीं उन्हें की पता है इस महीने में की ग्रहण करना की छड़ना है किवें की सिद्धांत है वो तो वह लोग परलोक आए हैं रोह विचार कत्तक का महीना या पोह का महीना इन्हों दो महीनों नू आम जिहड़ी जनता है कोई गुरमत विचार तो रहत है इन्हों दो महीनों नू बहुत माड़ा समझते हैं भावें घर विच वेल वधिया मुंडा जन्म होए मुंडे का कहिंदे कत्ते का जमया होए माड़ा सगन जा मनते हैं पोते महीने जन्म लिया हो मुंडा वो कहते पोते महीने जम पाया हो कुछ खुश नहीं होंगे पर महाराज सच्चे पातशाह करंगी तहर नीचा उच करे मेरा गोविंद काहू ते ना डर है इन्हों दो महीनों बड़ा सुहागा बनाया मार्च से पार जरा चल रहा शुरू हो रहा कतक का महीना इस महीने जागत लेंदे रखने वास्ते तौले धर्म के चार पैर कायम करने वास्ते दुनिया राजा ने उल्ट पुलटा ने बाढ़ वाग दुखदाई खेत नूं खाण वालियां नूं कुछ मत देने वास्ते उतारता रहा पोह दे विच गुरु नानक देव ने अपना दसवां स्वरूप प्रगट
ਭਾਗ ਲਾਇਨ ਸੁਭਾਗੇ ਹਨ ਕਤ ਕਰਮ ਕਮਾਵਣੇ ਸਿੱਖਿਆ ਦੇ ਰਹੇ ਹਨ। ਕਤ ਕਹਾਉਣ ਦਾ ਕਤਨ ਦਾ ਕਤਨ ਦਾ ਕਰਤੱਵ ਕਿਰਿਆ ਕੰਮ ਜਿਹੇ ਜਾਂ ਕੋਈ ਕੱਤਕ ਦੇ ਮਹੀਨੇ ਵਿੱਚ ਕੰਮ ਕਰਦਾ ਹੈ ਕਤ ਕਰਮ ਕਮਾਵਣੇ ਵੇਖ ਕੇ ਕੰਮ ਕਰਨੇ ਚਾਹੀਦੇ ਹਨ ਸੋਝ ਦੇ ਨਾਲ। ਮਾੜੇ ਕੰਮ ਤਿਆ ਤੰਗੇ ਗੁਣ ਗ੍ਰਹਿਣ ਕਤ ਦੇ ਮਿਣ ਸਿਖਿਆ ਕੱਤਕ ਜਿਹੜਾ ਜੀਵ ਜੀਵ ਆਤਮਾ ਕਤੇ ਦੀ ਮਿਹਨਤ ਵਾਂਗ ਹੈ ਜਿਹੜਾ ਕਰਮ ਕਰਦਾ ਹੈ ਜੀਵ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਕੀਤੇ ਹੋਏ ਕਰਮ ਉਹ ਦਿੱਤਾ ਦੋਸ ਨਾ ਦਿਓ ਕਿਸੇ ਦੋਸ ਕਰਮਾਂ ਆਪਣੇ ਆ ਜੋ ਮੈਂ ਕਿਹਾ ਸੋ ਪਾਇਆ ਮੈਂ ਪਾਇਆ ਦੋਸ ਨਜਾ ਅਵਰਜਨਾ ਜਿਹੋ ਜਿਹਾ ਜੀਵ ਕਰਮ ਕਰਦਾ ਇਹ ਕਰ ਕਰ ਸੋ ਇਹ ਕਰ ਪਾਏ ਕੋਈ ਨਾ ਪਗੜੀ ਕਿਸੇ ਥਾਏ ਜੇ ਸੱਜੇ ਹੱਥ ਨਾਲ ਕਲਮ ਕਸਾਈ ਪੁਣਾ ਕਰ ਲਿਆ ਮਾੜੇ ਕੰਮ ਕਰ ਲਿਆ ਦੜ ਦਾ ਸੱਜੇ ਨੂੰ ਮਿਲਣਾ ਖੱਬੇ ਨਾਲ ਕਰ ਲਿਆ ਖੱਬੇ ਨੂੰ ਮਿਲਣਾ ਇਹ ਕਲ ਯੁਗ ਦਾ ਦੇਰ ਹੈ ਨਿਆ ਹੈ ਦੋਸ਼ ਨਾ ਕਹੋ ਯੋਗ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ ਮੈਨੂੰ ਪ੍ਰੇਰ ਕੇ ਮੇਰੇ ਭਰਾ ਨੇ ਮੇਰੇ ਤੋਂ ਖੂਨ ਕਰਾਤਾ ਅਮਕੇ ਨੇ ਮੈਨੂੰ ਅਮਲੀ ਬਣਾਤਾ ਅਮਕੇ ਨੇ ਮੈਨੂੰ ਗਲਤ ਵਾਲੇ ਪਾਸੇ ਪਾਤਾ ਅਮਕੇ ਨੇ ਮੇਰਾ ਜੀਵਨ ਖਰਾਬ ਕਰਤਾ ਦੋਸ਼ ਦੇਣ ਯੋਗ ਨਹੀਂ ਜਿਹੋ ਜਿਹਾ ਕਰਮ ਕਰਦਾ ਅਵਾਸ ਮੇ ਫਿਰ ਸੁਬਹਾ ਸੁਭੰਗ ਕਰਦੇ ਨੇ ਕਰਮ ਬਲੀ ਬਣਵਾਉਣ ਕਰਮ ਇੱਕ ਬਹੁਤ ਵੱਡੀ ਚੀਜ਼ ਹੈ ਚੰਗਾ ਕਰਮ ਬਹੁਤ ਉੱਚੇ ਲੈ ਜਾਂਦਾ ਮਾੜਾ ਕਰਮ ਉੱਚੇ ਤੋਂ ਹੇਠਾਂ ਸਿੱਟਦਾ ਜਿਵੇਂ ਰਾਵਣ ਹਰਨਾਕਸ ਵਰਗ ਨੂੰ ਹੇਠਾਂ ਸਿੱਟਿਆ ਚੰਗਾ ਕਰਮ ਅਭਗਤ ਪ੍ਰਗਟ ਹੋਇਆ ਧਰੋਂ ਆਦਿ ਪ੍ਰਾਤ ਬਾਅਦ ਇਸ ਮਹੀਨੇ ਵਿੱਚ ਹਾੜੀ ਬੀਜ ਜਾਂਦੀ ਹੈ ਹਾੜੀ ਬੀਜਣ ਵਾਸਤੇ ਜਿਹੜਾ ਜ਼ਿਮੀਦਾਰ ਖਿਆਲ ਰੱਖਦਾ ਹੈ ਬਰੂ ਵੀ ਪੁੱਟਦੇ ਹੈ ਝਾੜੀਆਂ ਦੇ ਬੁੱਝੇ ਵੀ ਪੁੱਟਦੇ ਹੈ ਅੱਕ ਵੀ ਪੁੱਟਦੇ ਹੈ ਖਬਲਾਰ ਵੀ ਬੜਾ ਕੁਝ ਕਰਦੇ ਹੈ ਫਿਰ ਚੰਗੀ ਤਰ੍ਹਾਂ ਵਾਰ ਵਾਰ ਵਾਹ ਕੇ ਫਿਰ ਠੰਡਾ ਕਰਦੇ ਹੈ ਪਾਣੀ ਲਾਉਂਦੇ ਹੈ ਫਿਰ ਉਹ ਵੇਲੇ ਸਿਰ ਬੀਜਿਆ ਜਾਏ ਉਹਦੀ ਰਾਖੀ ਵੀ ਕੀਤੀ ਜਾਵੇ ਅਤੇ ਟਾਈਮ ਸਿਰ ਪਾਣੀ ਦਿੱਤਾ ਜਾਵੇ ਰੋਹ ਰੋੜੀ ਵੀ ਪਾਈ ਜਾਵੇ ਉਹ ਫਿਰ ਹਜ਼ਾਰਾਂ ਗੁਣਾ ਵੱਧ ਹੋ ਕੇ ਖੇਤੀ ਪ੍ਰਫੁੱਲਤ ਹੁੰਦੀ ਹੈ ਖੇਤੀ ਚੰਗੀ ਹੋਣ ਤੋਂ ਸਰਕਾਰੀ ਮਾਮਲਾ ਵੀ ਦਿੱਤਾ ਜਾਂਦਾ ਹੈ ਘਰ ਦਾ ਸਾਰਾ ਕੁ ਗਰੀਬੀ ਚੁੱਕੀ ਜਾਂਦੀ ਹੈ ਹੱਥੋਟ ਹੋ ਜਾਂਦੇ ਹੈ ਨਖੁੱਟ ਹੋ ਜਾਂਦੇ ਹੈ ਇਸ ਤਰ੍ਹਾਂ ਆਤਾਂ ਬਾਹਰਲੀ ਜ਼ਮੀਨ ਮਿਹਨਤ ਕਰਕੇ ਬੀਜਣ ਦਾ ਲਾਭ ਹੈ ਇਸ ਤਰ੍ਹਾਂ ਸਾਡਾ ਸਰੀਰ ਹੈ ਸਰੀਰ ਖੇਤ ਜੋ ਬੀਜੇ ਅੰਤ ਖੁਲਵਾ ਹੈ ਸਾਡੇ ਮਾਈ ਭਾਈ ਦੇ ਜ਼ਮੀਨ ਆ ਖੇਤ ਹੈ ਸਰੀਰ ਇਹਦੇ ਵਿੱਚੋਂ ਵਾਸਨਾ ਬਰੂ ਵਾਸਨਾ ਕਹਿੰਦੇ ਹੈ ਵਿਚਾਰਵਾਨ ਬਰੂ ਨੂੰ ਪੁੱਟ ਕੇ ਨਾ ਝਾੜੀਆਂ 'ਤੇ ਸਿੱਟ ਦਈਏ ਜਦੋਂ ਬਰਸਾਤ ਰੁੱਤ ਲੱਗਦੀ ਹੈ ਨਾ ਇਹਦਾ ਉੱਗਣ ਦਾ ਸਮਾਂ ਆਉਂਦਾ ਉੱਥੇ ਹੀ ਹਰਾ ਭਰਾ ਹੋ ਜਾਂਦਾ ਇਸ ਤਰ੍ਹਾਂ ਸਾਹ ਸਮਝੀ ਸਾਡੇ ਸਰੀਰ ਖੇਤ ਵਿੱਚ ਵਾਸਨਾ ਬਰੂ ਹੈ ਬਹੁਤ ਤਰ੍ਹਾਂ ਦੀ ਵਾਸਨਾ ਸੁੱਤ ਬੀਤ ਇੱਕ ਨਾ ਤਿੰਨੀ ਬਹੁਤ ਜ਼ਿਆਦਾ ਵਾਸਨਾ ਮੈਂ ਰਹੀਸ ਬਣਾ ਫਿਰ ਮੇਰੇ ਰਿਸ਼ਤਿਆਂ ਵਿੱਚ ਫਿਰ ਮਾਨਤਾ ਵਡਿਆਈ ਹੋਵੇ ਮੈਂ ਸਤਿਕਾਰਯੋਗ ਹੋਵਾਂ ਆਹ ਸਥੂਲ ਵਾਸਨਾ ਹੈ ਇਹਨੂੰ
पुट के भाव छड़ गए, कहे मैं वार ना खै करती हाँ, फिर तो बरू वांग फिर लग जाती हूं। अगे हरी होने वाल सुख वासना है, वेद शास्त्र पढ़ लेने उन्होंने बड़े टंग होंगे, चलीसे जाप करने दे, चलीसे जाप करके ना वो हरा कर लिया, सुख वासना पड़ गई। पढ़ के होर दबाने वास्ते बड़ा कुछ करते हैं। इस तरह साह समझी आप जरा शरीर है दे विच अक वांग आकड़ पाकड़ जी अक हरी दे विच जरा हम भाव है अक वांग बड़ा आकड़ा जा रहा है, यह भी छड़ना। ब्रह्म काम असमी बड़ी करते हैं, नसा लक्ष्मी बड़ा कोई करते हैं, ये बच्चों जड़ा संसारक दिखना आ नदीन है ये भी पुटना है। अते काम क्रोध झाड़ियां बुझे हैं ये भी पुटने, विचार भी कहीं नाल अते साह संग जी खुले बिना रख भी की जाए प्रफुल्लित होता। ए ईरखा द्वेष कोल ही है, साह समझी काम क्रोध ईरखा द्वेष चूहे हैं, काम क्रोध बुझे झाड़ियां हैं। विचार अंबे नाल कहीं नाले नूं कढ़ना है, खुले बिना जिहड़ी संसारक वड्याईआं विच लग जाना होला पै जांदा। लोकां की वड्याईआं ते बसंतर पागो खुले बिना अते राग द्वार चूहे बिना लागण राखा रख गिल विवेस होंदे माण होए मनाणा, होंदे तान होए नताणा, बड़ा कुछ है पर रख गरीबी बेस, गरीबी लुवास रखना है। सत संतोख बलेद सत संतोख बल हलेमी हाल है, मन हाली है, करसानी भगती है, नाम का बीज है, संतोख सुहागा है। बकार जानवरों भी उड़ाना है, हंगता रूपी टूंगी भी ना लगे, जिन्हों का ऐसा शुभ गुणा का चंगे सेहत गुणा की आ फसल प्रफुल्लित कर ली वो तो पौ कर्म कर जाए से कर भाग देख नार बन गए, पौ कर्म कर जम सी संघनी होकर जमती है बड़ी प्रफुल हों। साधु भगत रब दे प्यारे वो तत् नार बन गए, क्योंकि सुगना के बोल लग गए, लाभ ले लिया या होर भी दलहट है। जड़ा शुभ गुण है अच्छे गुण हैं चंगे गुण हैं, यह बगीचा लाना है। करता तुर के कर देनी वाड़, धर्म की तुरों कर देती वाड़। जिहड़े चंगे गुण है जिवें बगीचा लाईदा पौधे पालीदा है, अखर पोए चौखी अखर बाग बाए भुग चौखी, अखर बिरख बाग अखर बिरख बाग पोए चौखी, वाह हा गगर या मुर अखरां
बुद्धि तरती बड़ी अच्छी है, चौखी है। ए बाड करती तू रोई छाप रहत बैत धर्मी होना, ए बगीचा कलमी धारा लाया रहत भी परपक्ता होनी। जिमें बिरछ नूं बिमारी तो बचाईदा है, इतना शरीर नूं करहतों तो बचाना। जिहड़ी करहत है बख्शी नहीं जाती। दवाल है अमर छकन का भी, जिमें कोई बरत नूं टांका जिहा लाईदा कंब देंदा, पर महाराज ने रहत प्यारी मजलो सिख प्यारा ना है। आ महाराज ने नीचे हो चुके मेरे कहो तेन डर है, आप ही अमरदी दात बगीचा गुरमंत्र आदि बगीचा शुभ गुणा का बगीचा लाया, आप रहत रखी है। पांच प्यारों शीस लैके सुरजीत करते हैं, सुरजीत करके उन्होंने सिक्ख्या दे के कमर कसा करके हाजिर हो गए। महाराज तुसी कहिंदे सानू भी इह जी दात दिओ जिहड़ी असीं तुहानू काल पुरख दे गुण नाल छकाई है। महाराज तुसीं तां निराकार दे कार रूप हो, अपना सुत तुहे लवाजा परमात्मा ने तुहानू तां अपना सपुत्र सरंग रूप बनाया, तुहाडी ज्योति सुरू है, तुहाडे की घाट है। कहते हुक्म है सरजीत करके छका के सिक्ख्या दे के लैनी है। वो महाराज से योगे नहीं कहते, तुहाडे नाल कहते वह तो तुसीं दास दीती है, कृपा हो गई अमर की दात दीती है, पर तुहानू असीं अमर छकाण दे योग नहीं। पाछड़ियां श्रेणियां काम करो दे खादे होए हैं। कहिंदे भी प्राणी मात्र खालसा जिहड़ा परमात्मा की फौज है, वैराग नाल प्रगट होया, सोचिया भी इन्हां ने सानू अमर छकाया, छकाना ही बनता है। अखां विच प्रेम जिहा पानी लिया के बड़ा प्रेम नाल छकाया। महाराज ने जो छकारे बड़े प्रेम नाल बदे होके छके जाते लवलीन। फिर बाकायदा उतने ही पंज प्यारे ने सिक्ख्या दीती सारा कुछ। आखन लगे पंज प्यारे महाराज कहते मंगो भी, इतना सरवं सवार के बड़ा कुछ करके अमर दी दातां लिया बख्शस, सानू कोई सेवा? कहते महाराज साड़ी बेनती है, जिमें सरग रूप हूँ साढ़े को सामने देते हैं, इतना कृपा करके सदा अंग संघ ना रहा करो खालसे दे। बाकायदा अंग संग रहो। कहते अंग संघ तो रंग है गल एक है, जो हमारे फोन रह सो रख है, गुरबाणी रस नित उठ चक है, मैं ताके सद रहो सहायक, दुख क्लेश विघन सब कायक। जेड़ा अमृत वेला संभूगा गुरबाणी बड़ा रस है, बहुत रस है, इन्ना रस है बेरती कागल करन दी है, सदम बेर कर दी है। जड़ा गुरबाणी का रस मानूगा रहत बहत रखूगा वह तो असी अंग संघ है। महाराज ने तुरों ही वार कर दिती, आपां भी गुरु महाराज के परवकार तो कदर करनी चाहिए है, भुलना नहीं भुलाना नहीं चाहिदा। कत्तक कर्म कमापने जेड़ा कत्तक दे मैंने सिखिया कर्म करदा है, दोष ना काहू जोग होर नूं दोष देना योग नहीं।
यों करता यों करता जिमें एक सबकार ने सरोवर ला लिया वधिया अते थे बच्ची पानी पीन आ गई थी ते इन्हें वो मेरा सरोवर है जा रब दे सरोवर किते चुप जाके पी धक्के मारे प्यासे भी फड़ गई वो मर गई लोग कहें ओए ब्रह्म हत्या लगी वो तेन गऊ मारती हत्या लगी वो तेन दीपा हो करता हो कहते नहीं हथों का प्रेरक इंद्र है हथा की क्रिया इंद्र कराता है ओनू दोष लगू मैं नहीं मारी जिन प्रेरक है वो नियंता हथा का ओनू लगूगा इंद्र को आवाज चली गई बड़ा देवता है वह पंडित का रूप धार के आ गया अच्छा बड़ा सोहना सरोवर है बहुत चंगा लगता सजदा थां टिकाने हैं कि लाया मैं लाया अच्छा तू लाया हां फिर बछवी तो ही मारी है कहते मैं हसा प्रेरक वो मैं धक्का दिता वे इस तरह बछी धाम मारती इंद्र ने दोष दिता है कत कर्म कराने दोष ना किसे योग नहीं है कत कर्म कमावने सीखा है कद कद मेहने दोष नहीं किसी को देना चाहिए जिमें कि एक दिव्यो दास होया राजा दिव्यो देवी उसकी बेटी सी राज ने वार योग समझ के ना बड़े राज वजीर मुंडे बड़े ब्याह आए चौथी लाभ कोई ले नहीं सकया कोई पहले लाभ च मर गया दूजे तीजे चौथी तो कोई जाया गया एक ही लावा लेने वाले मर गए राज वजीर बचे रौला पै गया कहते बल्ले बल्ले वो तो यह जी है कोई एक ही ब्याह दिन मुंडे मर गए इन्हें जोशी मलक मंगा लिया वो कहते जोश भी की है उन्हें आख्या माड़े कर्म बहुत माड़े जे प्रेम लाड करो इस तेरा राज नष्ट हो जाना तेरा परिवार भी खत्म हो जाना इन बिया बान दे दे मोह ना कर सोचे वो ये करके मेरा राज जाता नष्ट होता परिवार मरदा जंगल सिट आया रोई खुलाई जाती है उथे तोता मैना सी बिरछ उते कोई है तो चंगे से निगाह भी ठीक थी उन्हें वो दिव्य निगाह थी वो पिछले जान भी कोई सेवा करते हुए गलती हो गई उन्होंने किसी को कोई कोई जोर फला पता नहीं की हो गया बेचारे वो रोई जाती कुड़ी तोता कहते मैं ना ये रोंदी करलांदी है क्यों रोंदी है कहते तुहानू भी पता तू दस आखन लगी मैं ना कहते पिछले जन एक पंडित की कुड़ी सी एदा प्यो बड़ा चंगा विद्वान सी बड़ा पतवंता सी जब ये नौजवान हो गई किसी को पसंद ना करया करे एक स्वस्थ बुद्धि वाला चंगी बुद्धि वाला मुंडा सी एदे प्यो ने उसनु रख के ना बहुत विद्या सारी जिनी है सी हासिल कराती उहदे नाल ही विआह करता सी जो तक प्यो सिर ते रहा जिउंदा डर पैर मानती रही पति का पति नु पति समझती रही जदों प्यो चढ़ाई कर गया ना कहते तू ये की लगता है ये तो मेरा घर है करैतन होगी को कर्म कर लग पी कुड़ियां जो बुढ़ी जोगी लिया लगे लोगों के कुड़ियां बकार करा लग पी नूहां
ਉਹ ਵੇਖ ਕੇ ਬੱਲੇ ਬੱਲੇ ਆ ਪੈੜੀ ਉਹ ਬੋਲੇ ਇਹਨਾਂ ਤਾਂ ਇਉਂ ਕਰਤਾ ਸਾਡੇ ਇਹਨਾਂ ਨੇ ਇਉਂ ਕਰਤਾ ਇਤਨਾ ਸ਼ਰਾਬ ਦੇਤਾ ਕਹਿੰਦੇ ਜੈ ਬੜੀ ਪਪਣੇ ਮੈਂ ਤੂੰ 100 ਵਿਆਹ ਵੀ ਕਰਾ ਲਿਆ ਤੈਨੂੰ ਪਤੀ ਸੁੱਖ ਨਹੀਂ ਹੋਏਗਾ ਸਰਾਫੀਆ ਹੋਇਆ ਇਹ ਤਾਂ ਕਰਕੇ ਰੋਂਦੀ ਹੈ ਉਦੋਂ ਬੜੀ ਰੋਈ ਵੀ ਬੱਲੇ ਬੱਲੇ ਮੈਂ ਇਹੋ ਜਿਹੀ ਹਾਂ ਮੈਂ ਇਹੋ ਜਿਹੇ ਕਰ ਕੁਤੇ ਹੈ ਮੇਰੇ ਘਰੋਂ ਪਤੀ ਦਾ ਸੁੱਖ ਨਹੀਂ ਦੋਸਤ ਨਾ ਕਾਹੂ ਦੇਣ ਯੋਗ ਨਹੀਂ ਹੈ ਵੀ ਲਾਇਕ ਨਹੀਂ ਹੈ ਬਣਦਾ ਹੀ ਨਹੀਂ ਪਰਮੇਸ਼ਰ ਤੇ ਭੁੱਲਿਆ ਪਰ ਇਸ ਵਰਜ ਆਨ ਵਾਤਾਵਰਨ ਪੰਜ ਈਸ਼ਰ ਮੰਨੇ ਆ ਸ਼ਿਵ ਜੀ ਨੂੰ ਗਣੇਸ਼ ਨੂੰ ਵਿਸ਼ਨੂੰ ਨੂੰ ਸ਼ਕਤੀ ਨੂੰ ਸੂਰਜ ਨੂੰ ਇਹ ਪੰਜ ਈਸ਼ਰ ਮੰਨਦੇ ਆਣ ਮਤਾਂ ਵਾਲੇ ਪਰਮੇਸ਼ਰ ਭੂਤੀ ਵਾਲਾ ਇਹ ਕਾਰਜ ਰੂਪ ਕਾਰਨ ਰੂਪ ਪਰਮੇਸ਼ਰ ਤੋਂ ਭੁੱਲ ਕੇ ਭਾਵ ਉਧਰੋਂ ਟੁੱਟ ਕੇ ਉਧਰੋਂ ਬੇਮੁੱਖ ਹੋ ਕੇ ਜਿਵੇਂ ਆਪਾਂ ਵੀ ਕਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਸਰੂਪ ਦੀ ਮਨੋਤ ਨਹੀਂ ਕਰਦੇ ਹੋਰੇ ਪਾਸੇ ਲੱਗੇ ਬੜੀਆਂ ਮਸਾਣਿਆਂ ਕੋ ਬਤਾਨ ਕੋ ਮਰਤਾਨ ਕੋ ਦੇਣ ਕੋਈ ਦੇਹ ਤਾਰੀ ਉਹਨੂੰ ਕਿਵੇਂ ਤੇ ਆਮ ਕੇ ਤੇ ਲੈ ਲਿਆ ਕੰਨਾ ਬਾਟੇ ਕੁਰ ਤੂੰ ਮੇਰੇ ਚਲੇ ਮੈਂ ਤੇਰੇ ਹੋਰੇ ਦੇਹ ਤਾਰੇ ਨੂੰ ਬਣਾ ਲਿਆ ਹੋਰ ਪੱਥਰਾਂ ਦੇ ਬਣ ਗਏ ਪਾਸ ਅਕਿਰਤ ਕਾਣ ਹੈ ਕਪੁੱਤਰ ਹੈ ਕਲਗੀ ਧਰ ਨੇ ਸਰਵੰਸ ਵਾਰਿਆ ਅਮਰ ਦੀ ਦਾਤ ਨਿਚੋਤ ਕੀਤਾ ਉਹਨੂੰ ਛੱਡ ਕੇ ਪਿਤਾ ਨੂੰ ਰੱਬ ਰੂਪ ਨੂੰ ਬੇਮੁੱਖ ਹੋਵੇ ਭੁਲਾਣ ਤੋਂ ਉਧਰੋਂ ਟੁੱਟ ਕੇ ਇੱਕ ਨਹੀਂ ਆਸ ਕੇ ਦੂਜੇ ਲੱਗੇ ਹੋਰੇ ਪਾਸੇ ਲੱਗ ਗਏ ਵਿਆਪਨ ਸਭੇ ਰੋਗ ਸਾਰੇ ਬਿਮਾਰੀਆਂ ਸਾਰੇ ਲੱਗ ਜਾਂਦੇ ਆ ਮਾੜਾ ਕੰਮ ਕਰਦੇ ਆ ਕੋਠੇ ਕੰਮ ਕਰਦੇ ਆ ਕਾਗਰ ਨਾਲ ਚੜ੍ਹਿਆ ਕੱਤ ਸਾਗਰ ਪੱਥਰ ਪੂਜਾ ਕਰਨੀ ਪੱਥਰੋਂ ਠਾਗਰ ਕਰਕੇ ਚਰਾਮ ਤੋਂ ਲੈਣੀ ਆ ਪਰਮੇਸ਼ਰ ਰੂਪ ਸਮਝਣਾ ਕਾਗਜ਼ ਦੀ ਬੇੜੀ ਸਮੁੰਦਰ ਪਾਰ ਹੋ ਜੂ ਪਾਥਰ ਕੀ ਬੇੜੀ ਜਿਹੜੇ ਭਾਰ ਨਾਲ ਡੁਬਾਵ ਹੈ ਪੱਥਰ ਦੀ ਬੇੜੀ ਪਾਰ ਕਰ ਦਿਓ ਜਿਹੜੀ ਪੱਥਰ ਪੂਜਾ ਇਹ ਤਾਂ ਪੱਥਰ ਬੇੜੀ ਹੈ ਨਿਸ਼ਫਲ ਹੈ ਜੋ ਪਾਥਰ ਕੀ ਪਾਈ ਪਾਏ ਤੁਸੀਂ ਘਰ ਜਾਈ ਜਾਏ ਨਾ ਪਾਥਰ ਬੋਲਣ ਨਾ ਕਿਸੇ ਦੇ ਫੋਟ ਕਰਨੇ ਪਲ ਹੈ ਸੇਵ ਇਹ ਤਾਂ ਪੱਥਰ ਦੀ ਬੇੜੀ ਹੈ ਬੜੇ ਕੋਂਗੂ ਛਿੜਕਦੇ ਹੈ ਤ੍ਰਿਕਾਲ ਮਨਾਉਂਦੇ ਹੈ ਆਰਤੀਆਂ ਕਰਦੇ ਹੈ ਰੋਕਦੇ ਹੈ ਉਹ ਮੰਨਦੇ ਮੂਰਤੀਆਂ ਨੂੰ ਮੰਗਦੇ ਫਿਰਦੇ ਲੋਕਾਂ ਦੇ ਘਰ ਬੋਲਦਾ ਕੋਈ ਦੰਦਾ ਕੁਝ ਦੇ ਸਕਦਾ ਪੱਥਰ ਤੱਕ ਜੂਨ ਹੈ ਇਤਨਾ ਸਤਿਗੁਰ ਸਾਚਾ ਛੱਡ ਕੇ ਮਨ ਹੋਏ ਬੰਦੇ ਦਾ ਬੰਦਾ ਜਿਹੜੇ ਬੇਮੁਖ ਹੋ ਰਹੇ ਹਨ ਟੁੱਟ ਰਹੇ ਹਨ ਕਪੁੱਤਰ ਹੋ ਰਹੇ ਹਨ ਵਿਆਪਨ ਸਭੇ ਰੋਗ ਉਹਨਾਂ ਨੂੰ ਅੰਤਲ ਗਿਆਨ ਹੋ ਬੁੱਧ ਹੈ ਸਾਜੀ ਅਗਿਆਨ ਬੇਸਮਝੀ ਰੱਬ ਤੋਂ ਜਿਹੜੇ ਗੁਰੂ ਗ੍ਰੰਥ ਦੀ ਮਨੋਦ ਨਹੀਂ ਕਰਦੇ ਰੱਬ ਦੀ ਹੰਕਾਰ ਵਾਲੀ ਬੁੱਧੀ ਹੈ ਹੰਗਤਾ ਹੈ ਜਿਹੜੀ ਹੰਗਤਾ ਇਹ ਰੱਬ ਨੂੰ ਭੁਲਾ ਲੈਂਦੀ ਹੈ ਰੱਬ ਨੂੰ ਭੁੱਲਣ ਕਰਕੇ ਰਾਗ ਦਵੈਸ ਪੈਦਾ ਹੋ ਜਾਂਦੇ ਆ ਉਹਨੂੰ ਰਾਗ ਦਵੈਸ ਪੈਦਾ ਹੋਣ ਤੋਂ ਵਾਏ ਪਿਤ ਕਾਫਰ ਉਦੜ ਸਾਰੇ ਰੋਗ ਲੱਗ ਜਾਂਦੇ ਸਾਰੀਆਂ ਬਿਮਾਰੀਆਂ ਚਿਬੜ ਜਾਂਦੀਆਂ ਬੇਮੁੱਖ ਹੋਣ ਤੋਂ ਵਾਏ ਪਿਤ ਕਾਫ ਰੁਦਰ ਆਦੀ ਵਿਆਧੀ ਉਪਾਧੀ ਆਦੀ ਮਾਨਸਿਕ ਰੋਗ ਵਿਆਧੀ ਸਰੀਰਕ ਆਦੀ ਮਾਨਸਿਕ ਰੋਗ ਦਿਮਾਗ ਵਿੱਚ ਫਰਕ ਪੈਂਦਾ ਵਿਆਧੀ ਵਾਏ ਪਿਤ ਕਾਫ ਰੁਦਰ
विगड़ जाना, उपाधि डांग डुगुस्सा प्रेत पीड़ा चिंता फकर मुकदमे पैसे ये सारे टिमड़ जाते हैं। बेमुख होए राम ते जड़े राम तो टुट के बेमुख हो गए। जे को गुरते बेमुख है बिन सतगुरु मुक्त ना पावे। जेडे महाराज गुरु ग्रंथ ने मन दे नहीं कहते मैं लिया होया अमके तो मैं उन्हों धारण किया है। जेड़े छिड़क गए बेमुख हो गए लगन जन्म बेजोग। जैसा सतगुरु सुनी दा तैसो ही मैं डेठ बिछड़िया वेला प्रभु हर दरगाह का सेठ। गुरु नू तारांगे पलंगी तार नू बचोले बन गए। गुरु तो बगैर कहते पहुंच नहीं है उथे कोई बचा नहीं सकता। अगे बहुत भीड़ियां गलियां बड़ा जम दो दुख देंदे हैं उन्हां नू बड़े घट होंदे हन। खिन मह कौड़े होए गए मिल्ट विच अग फुरकन विच खान पीन दे भोगन दे सूंघन दे देखन दे कौड़े हो गए। कौड़े सबे वास्तु कौड़िया सचो ना मिठा ए भोग जे जिवें जरहिला लड्डू उत्ते चंग दंग बड़ा चंगा लगता पकौड़िया जिहां पर खान तो थिपड़े पार दा मार दंदा ए बकार सोतों खान पीन भोगन दे लगते चंगे जे पर इन्हां दे माया दी जहर है। ਕਿਤੇ ਖਾਪ ਟੁੱਟੇ ਵਕਾਰ ਏਕ ਨਿਮਕ ਸਵਾਦ ਕਾ ਕੋਟ ਦਿਨ ਸੋ ਦੁੱਖ ਪਾਵੇ ਬਿਨ ਜਾਓ ਜੇ ਨਿਮਕ ਅਲਪ ਸੁੱਖ ਭਣੀ ਹੈ। ਇਹ ਕੌੜੇ ਹੋ ਜਾਂਦੇ ਜਿਤਨੇ ਮੈਕੀ ਸੁੱਖ ਹਨ ਜਿੰਨਾ ਖਾਣ ਪੀਣ ਭੋਗਾਂ ਦੇ ਵਿੱਚ ਨਾ ਕੋਈ ਕਰ ਸਕੈ। ਪਿਛਲੇ ਪੰਕਤੀ ਪੜ੍ਹ खिन मह कोड़े होए गए जितड़े माया भोग। जिन्ने माया दे भोग पदार्थ हैं जदों तक चार पैसे जीव दे कोल है मतलब हल हुंदा है। जो संसार के मित्र भाई दिसा मेरे मेरे मन मेरे सो अपने सो आए मलासा जिन्हों का सो होने तीसरे नेड़े को ना टकासा। ये तो जदों माया है कोल खाण पीन दिता बस दिता जिमें मैं ख्याल से बड़े फिरदे हैं जा भी नीरत देखे नारको संघ छाट भग सब भग है ये तो भज जाते हैं। जीवित छोट जाए दवाने परिवार भी इस तरह ही है। ये रस जड़े हैं माया है माया जब दुख नहीं सच आग सुनाया बड़ा तंग कर दिया। जिमें महाराज विचरते दनिया का भला करते हुए मुल्तान शहर में चले गए उथे मुल्तानी मालिक बड़ा तनार से बहुत तकड़ा ही उन्हें उदार दिल से बड़ी सेवा की सतगुरु नानक देव सच्चे पातशाह की। महाराज कहते भाई नाम जपया कर वो बेल नहीं मेरे बड़े कारखाने मेरा काम बहुत है बहुत है। अच्छा एदा परिवार लाहौर विच रहिंदा मुल्तानी मरदा ए आ गया गुरु महाराज कुदर भी चले गए इत्थे बड़ी सेवा की। महाराज फिर कहते भाई तू दान पुणता करदा नाम जपया कर कहते वेल नहीं वेल कर दी जो हाँ जी। महाराज स्वागत चले गए रावी किनारे किरिया करन गया होया सीगा इहदे मन रखिया सी खेड करनी थोड़ी जी तुहाडे प्यो नूं कई बार आख्या जाप करिया कर कहिंदा वेल नहीं इहदा ते रख करके वेल नूं दिखांदे हैं कहिंदे असीं आ तुहाडे बजुर्ग दा रूप धार के बैठे गए इहनूं चढ़ ना दिओ इत्थे दुकान ते। इतनी कीता महाराज ओह सुल्तानी मल दा ना रूप धार के बैठ के कुर्सी ते ओह आया ओह कहिंदे साडा प्यो तूं कौन है होए पंदा तूं होए साडा प्यो तो है बैठा रोए कलाए बल्ले 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 मैं दुकाना बनाईया मेरे कारखाने मैंने बल्ले बल्ले
ਇਹ ਤਾਂ ਮੈਨੂੰ ਬੇਤਾਕਲ ਕਰਦੇ ਹੈ, ਰੋਵੇ ਪੇਟੇ ਕੌੜੇ ਹੋ ਗਏ, ਦੁਖਦਾਈ ਹੋ ਗਏ। ਜਦੋਂ ਅੱਗੇ ਧਰਮ ਰਾਜ ਪੂਰੀ ਜੰਮ ਗਏ ਨਾ, ਇਹ ਦੁਖਦਾਈ ਹੋ ਜਾਣਗੇ। ਇਹਨਾਂ ਵਿਕਾਰ ਭੋਗਾਂ ਨੇ ਸੁੰਘਣਾ ਬੜਾ ਕੁਛ ਆ ਲਿਆ, ਅੱਗੇ ਜ਼ਹਿਰ ਵਰਗੇ ਹੋਏ ਦੁੱਖ ਦਵਾਣਗੇ ਜਮਾਂ ਦੇ ਵਿੱਚ ਨਾ ਕੋਈ ਕਰ ਸਕੈ ਵਿਚੋਲਗੀ। ਗੁਰਾਂ ਦਾ ਗਿਆ ਕਿਹੜਾ ਵਿਚੋਲਗੀ ਕਰੇਗਾ, ਕੋਲ ਕੁਆਏ ਤੇ ਸਮੇਂ ਤੂੰ ਜੈ ਮਿਲ ਪਛਾਣਾ, ਜੈ ਮਿਲ ਪ੍ਰਭ ਪਛਾਣਾ। ਗੁਰਾਂ ਨੂੰ ਵਿਚੋਲਾ ਬਣਾ ਲਈਏ, ਅੰਮ੍ਰਿਤ ਛਕ ਲਈਏ, ਨਿਗਰਾਂ ਨਾਲ ਰਹੀਏ, ਰਹਿਤ ਵਹਿਤ ਰੱਖੀਏ, ਠੀਕ ਰਹਾਂਗੇ। ਅੱਗੇ ਰੋਣੇ ਪਛਤਾਣੇ ਤੋਂ ਬਗੈਰ ਕੁਝ ਨਹੀਂ ਬਣਨਾ, ਕੱਖ ਨਹੀਂ ਬਣਨਾ ਅੱਗੇ। ਜੇ ਸੁਨਹਿਰੀ ਟਾਈਮ ਲੰਘਿਆ ਮਨੁੱਖ ਸਿਰ ਅੰਮ੍ਰਿਤ ਦੀ ਦਾਤ ਨਾ ਲਈ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ, ਕਿਸ ਥਾਂ ਥਾਂ ਹੈ ਕਿਹਦੇ ਕੋਲ, ਇਹਦੇ ਕੋਲ ਰੋਣਾ ਰੋਊਗਾ। ਮੈਨੂੰ ਤਕਲੀਫ ਪੈ ਆਵੇ, ਰੋਣਾ ਧੋਣਾ ਕਦੇ ਹੋਏਗਾ। ਗੁਰੂ ਨੂੰ ਗੁਰੂ ਨਹੀਂ ਬਣਾ ਰਿਹਾ, ਗਲਤ ਕੰਮ ਕਰਦਾ, ਸਗੋਂ ਸਾਚਾ ਛੱਡ ਕੇ ਮਰ ਹੋਏਗਾ ਬੰਦਾ। ਕਿਹੜੀ ਥਾਂ ਕਿਹਦੇ ਕੋਲ ਰੋਜ਼ ਰੋਣੇ ਰੋਵੇਗਾ, ਕੀਤਾ ਕਿਛੂ ਨਾ ਹੋਵਈ, ਉਦੋਂ ਕੁਝ ਨਹੀਂ ਬਣਨਾ। ਜਿਵੇਂ ਅੱਗ ਲੱਗ ਗਈ, ਘਰ ਵਿੱਚ ਪਾਣੀ ਹੁੰਦਾ ਬੁਝਾ ਲੈਂਦਾ, ਖੂਹ ਪੁੱਟ ਕੇ ਕਦੋਂ ਖੂਹ ਲੱਗਿਆ ਕਦੋਂ, ਇਸ ਤਰ੍ਹਾਂ ਕਾਲ ਦੀ ਅੱਗ ਤਾਂ ਲੱਗਣੀ ਲੱਗਣੀ ਹੈ। ਇਸ ਨੂੰ ਅਮਰ ਕਰਨ ਵਾਸਤੇ ਜਬ ਤੱਕ ਬੰਦ ਬੇੜਾ ਜਦ ਲੰਘਿਆ ਵਹਿਲਾ, ਉਹ ਜਬ ਤੱਕ ਕਰ ਲਈਏ, ਰਹਿਤ ਵਹਿਤ ਰੱਖ ਲਈਏ। ਜਦੋਂ ਘੋਲੜੂ ਵੱਜ ਰਿਹਾ, ਜਮ ਤਾਂ ਦੁਆਲੇ ਹੋ ਰਹੇ ਹੈ, ਇਵਕੇ ਰਾਹੇ ਜਮਨੇ ਪਛਤਾਣੇ ਸਿਰ ਭਾਰੋ, ਤੁਹਾਨੂੰ ਵੇਖ ਕੇ ਬੋਲੇ ਬੋਲੇ ਟਰਾਲੀਆਂ ਕਹਿੰਦੇ, ਮੈਂ ਵੀ ਹੁਣ ਪਨੀਰੇ ਲਾ ਕੇ ਇਉਂ ਕਰਕੇ, ਇਹਦੇ ਬਰਾਬਰ ਦੀਆਂ ਟਰਾਲੀਆਂ ਮੈਂ ਵੀ ਧਾਨ ਕੱਢ ਲੂੰਗਾ, ਜੰਮਣੇ ਹੀ ਨਹੀਂ। ਅਖੀਰ ਵੇਲੇ ਯਤਨ ਜਾ ਕਰੇ, ਮੈਂ ਜਪ ਤਪ ਕਰਕੇ ਸੇਵਨ ਕਰਕੇ ਹੁਣ ਕਾਲ ਦੀ ਅੱਗ ਤੋਂ ਬਚ ਕੇ ਅਮਰ ਹੋ ਜਾਏ, ਹੋਣਾ ਹੀ ਨਹੀਂ। ਉਹ ਕਹਿੰਦੇ ਸਾਨੂੰ ਦੇਖ ਕੇ ਕਰਦਾ ਹੁਣ, ਓਏ ਅੱਗੇ ਇੰਨੀ ਉਮਰ ਸੇਵਨ ਕਹਿਣ ਨੂੰ ਮਿਲਿਆ ਕਦਾ, ਇਹ ਸਾਨੂੰ ਦੇਖ ਕੇ ਕਰਦਾ। ਇਸ ਤਰ੍ਹਾਂ ਪਹਿਲਾਂ ਤੋਂ ਹੀ ਆਗਿਆ, ਜਿਵੇਂ ਧਰੂ ਪ੍ਰਹਲਾਦ ਪਹਿਲਾਂ ਤੋਂ ਹੀ ਲਗੇ ਹੈ, ਕਾਮਯਾਬ ਹੋ ਗਏ ਕਬੀਰ ਵਰਗੇ, ਨਾਮਦੇਵ ਵਰਗੇ। ਆਪਾਂ ਤਾਂ ਅਧਕਰ ਹੋਏ ਵੀ ਨਹੀਂ ਲੱਗਦੇ, ਬੁੜੇ ਹੋਏ ਵੀ ਨਹੀਂ ਲੱਗਦੇ, ਕਰਨਗੇ ਕੀ ਫਿਰ, ਰੋਣਾ ਧੋਣਾ ਹੀ ਪਊਗਾ। ਲਿਖਿਆ ਧੁਰ ਸੰਯੋਗ, ਧੁਰੋਂ ਹੀ ਸੰਯੋਗ ਹੁੰਦਾ, ਇੰਨੀ ਵਡਿਆਈ, ਇੰਨੀ ਸਚਾਈ, ਇੰਨੀ ਉਮਰ, ਇੰਨਾ ਦੁੱਖ, ਇੰਨਾ ਸੁੱਖ, ਸਾਰਾ ਕੁਝ ਹੁੰਦਾ, ਸਾਰਾ ਕੁਝ ਲਿਖਿਆ ਹੁੰਦਾ। ਮਾਰਨ ਲਿਖਾਏ ਮੰਡਲ ਮੈਂ ਆਏ, ਤੁਰੋ ਸੰਯੋਗ ਉਮਰ ਲਿਖੀ ਸੀ, ਉਹ ਪੂਰੀ ਹੋ ਗਈ। ਜਿੰਨਾ ਸੰਯੋਗ ਸੀ ਜੀਵ ਆਤਮਾ ਨੇ ਦੇਹ ਵਿੱਚ ਰਹਿਣ ਦਾ, ਵਡਭਾਗੀ ਮੇਰਾ ਪ੍ਰਭ ਮਿਲੇ, ਪਿਛਲੇ ਪੰਕਤ ਪਰ ਕੀਤਾ ਕਿਛੂ ਨਾ ਹੋਵਈ, ਕੁਝ ਨਹੀਂ ਹੋਣਾ। ਲਿਖਿਆ ਤੁਰ ਸੰਯੋਗ, ਜਿਹੜਾ ਤੁਰੋ ਸੰਯੋਗ ਸੀ ਲਿਖਿਆ ਹੋਇਆ, ਉਹਦੇ ਮੁਤਾਬਕ ਉਮਰ ਪੂਰੀ ਹੋ ਗਈ। ਵਡਭਾਗੀ ਮੇਰਾ ਪ੍ਰਭ ਮਿਲੇ, ਕੀ ਕਰੀਏ ਮਹਾਰਾਜ ਸਾਨੂੰ ਕੁਝ ਦੱਸੋ, ਅਸੀਂ ਵੀ ਕੁਝ ਮਾਰਾ ਕਰ ਲਈਏ, ਉਹ ਗੁਣ ਤੋਂ ਵੜ ਕੇ ਗੁਣ ਗ੍ਰਹਿਣ ਕਰ ਲਈਏ, ਤਾਂ ਮਾਰ ਫਰਮਾਉਂਦੇ ਵਡਭਾਗੀ ਦਾ ਨਿਸਕਾਮੀ ਕਹੋ, ਫਲ ਕੀ ਇੱਛਾ ਨਹੀਂ ਬਾਸ਼ਾ ਕਿ ਉਹਨੂੰ ਭਗਤ ਕੇ ਸੰਗਰਾਚ ਹੈ, ਉਹ ਹੁੰਦਾ ਸਕਾਮੀ। ਵਡਭਾਗੀ ਮੇਰਾ ਪ੍ਰਭ ਮਿਲੇ, ਉਹਨੂੰ ਮਿਲਦੀ ਸੰਗਤ, ਸੰਗਤ ਚੋਂ ਪ੍ਰੇਮ ਪਿਆਰ ਸਰਦਾ ਭਾਵਨਾ, ਸੰਤੋਖੀ ਜੀਵਨ ਬਣ ਜਾਂਦਾ ਹੈ, ਸਰਦਾ ਭਾਵਨਾ ਪੈ ਜਾਂਦੀ ਹੈ। ਫਿਰ ਹੌਲੀ ਹੌਲੀ ਸੰਗਤ ਚੋਂ
ਸਰਦਾ ਭਾਵਨਾ ਪੈਦਾ ਹੋਣ ਤੋਂ ਉਹ ਗੁਰੂ ਮਿਲ ਜਾਂਦੇ ਹੈ। ਫਿਰ ਗੁਰੂ ਬਣ ਤੋਂ ਗੁਰੂ ਵਿਚੋਲੇ ਬਣ ਜਾਂਦੇ ਹੈ ਅੰਮ੍ਰਿਤ ਛਕਣ ਦਾ, ਉਸ ਨੂੰ ਫਿਰ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਸਖਿਆਤ ਹੋ ਜਾਂਦਾ ਹੈ। ਤਾਂ ਉਤਰ ਹੈ ਸਭ ਵਿਯੋਗ, ਜਦੋਂ ਵਾਹਿਗੁਰੂ ਸਖਿਆਤ ਹੋ ਗਿਆ ਸਾਹਮਣੇ ਹੀ, ਜਿਹੜਾ ਵਿਛੋੜਾ ਸੀ ਜਪ ਤਪ ਕਰ ਰਿਹਾ, ਉਡੀਨੀ ਉਡੀਨੀ ਕਵ ਕਰ ਆਵੈ ਰੀ, ਮੇਰੇ ਦਾ ਵਿਛੋੜਾ ਸੀ ਉਹ ਸਾਰਾ, ਜੇ ਰੱਬ ਸਖਿਆਤ ਹੋ ਗਿਆ ਇੱਛਾ ਪੂਰੀ ਹੋ ਗਈ, ਉਹਦੇ ਸਾਰੇ ਵਿਛੋੜੇ ਰੋਣੇ ਧੋਣੇ ਦੂਰ ਹੋ ਜਾਂਦੇ ਨੇ, ਸੌਖਾ ਹੋ ਜਾਂਦਾ ਹੈ। ਨਾਨਕ ਕਉ ਪ੍ਰਭ ਰਾਖ ਲਿਹੇ, ਨਿਮਰਤਾ ਸਿੰਘ ਪਾਣੀ ਪਾਣੀ ਬਣ ਕੇ ਪ੍ਰੇਮ ਦੇ ਨਾਲ ਬਹੁਤ ਦਾਸਾਂ ਦਾਸਾ ਹੋ ਕੇ ਅਰਦਾਸ ਕਰੀਏ, ਜੋਗੜੀਆਂ ਕਰੀਏ ਆਪਾਂ ਮਾਈ ਭਾਈ ਮਹਾਰਾਜ ਆਪ ਸਿੱਖਿਆ ਦੇ ਰਹੇ ਹਾਂ। ਹੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ, ਬੰਦੀ ਮੋਚ ਬੰਦੀ ਜੇਲ੍ਹ ਤੋਂ ਚੱਲ ਰਹੀ, ਮਾਂ ਦੇ ਉਧਰ ਤੋਂ ਪੁੱਠੇ ਲੰਘਦੇ ਸੀ, ਬੜਾ ਕਸ਼ਟ ਸੀ, ਸਿਰ ਤੋਂ ਲੈ ਉੱਪਰ ਪੈਰ ਸੀ, ਉੱਥੋਂ ਸਾਨੂੰ ਕੱਢਿਆ ਬਚਾਇਆ ਹੈ, ਸਹੀ ਸਲਾਮ ਸਾਡਾ ਜਨਮ ਕੀਤਾ ਹੈ, ਬੜੀ ਕਿਰਪਾ ਤੁਹਾਡਾ ਬਿਰਦੇ ਹੈ। ਹੁਣ ਮਾਇਆ ਦੇ ਮੋਹ ਤੋਂ ਰਹਿਤ, ਮਾਇਆ ਦੇ ਮੋਹ ਤੋਂ ਬਚਾ ਲਓ, ਪਰਿਵਾਰ ਦੇ ਮੋਹ ਤੋਂ ਬਚਾ ਲਓ, ਵਿਕਾਰਾਂ ਤੋਂ ਬਚਾ ਲਓ, ਲੱਖ 84 ਜੂਨ ਤੇ ਬਚਾ ਲਓ, ਸਹਿਬੰਦੀ ਮੋਚ ਸਹਿਬੰਦੀ ਮੋਚ ਮੋਚ ਸਾਹਿਬੰਦੀ ਬੰਦੀ ਜੇਲ੍ਹਾਂ ਤੋਂ, ਜਿਵੇਂ ਪਹਿਲੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਮਨਾਬਾਦ ਬਾਬਰ ਨੇ ਮਾਰੀ ਹੈ, ਬੜਾ ਕਿਸਾਨ ਦਾ ਜੰਗ ਹੋਇਆ, ਅੱਤੇ ਵਰ ਗਏ ਆ ਪਠਾਨ, ਮੁਗਲ ਮਾਰੇ ਗਏ, ਹਾਰ ਹੋ ਗਈ, ਇਹਨੇ ਜਿੱਤ ਕੇ ਲੁੱਟ ਖੁੱਟ ਕਰ ਲਈ, ਚਾਰ ਕੋਹਾਂ ਤੇ ਉਹਨੇ ਬਾਹਰ ਜਾ ਕੇ ਡੇਰਾ ਕਰ ਲਿਆ। ਗੋਬਿੰਦ ਲੋਕ ਆਏ ਸੀ ਮਹਾਰਾਜ ਦਰਸ਼ਨ ਕਰਨ ਉੱਤੇ, ਉਹਨਾਂ ਦਿਨਾਂ 'ਚ ਬ੍ਰਾਹਮਣ ਦੇ ਘਰ ਵਿਆਹ ਸੀ ਕੁੜੀ ਦਾ, ਮਿਠਾਈ ਮਿਠੂਈ ਆਏ ਸੀ ਉਹ ਖਿਲਾਫ ਉੱਥੇ ਤੋਰਤੇ, ਭਾਈ ਲਾਲੋ ਨੂੰ ਆਖਿਆ ਕਹਿੰਦੇ ਇਉਂ ਕਰ, ਚਾਰ ਕੋਹਾਂ 'ਤੇ ਕੋਈ ਜਾ ਲੋਕ ਦੇਖੀ ਨਾ, ਜਿਹੜਾ ਬ੍ਰਾਹਮਣ ਨੇ ਮਿਠਾਈ ਗੁਰ ਨੂੰ ਵਿਆਖਤਾ, ਰੋੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਇਮਨਾਬਾਦ, ਮਹਾਰਾਜ ਉੱਥੇ ਬੈਠ ਗਏ ਕੈਦੀਆਂ ਨੂੰ ਛਡਾਉਣ ਵਾਸਤੇ, ਮੁਗਲਾ ਇਹ ਕਹਿੰਦਾ ਚਲੋ ਤੁਸੀਂ ਵੀ ਜੀ। ਦੋ ਬੰਦੇ ਤਗੜੀ ਪੰਡ ਲੁੱਟ ਖਸੁੱਟ ਜਾ ਮਾਲ ਸੀ ਇਮਨਾਬਾਦ ਦਾ, ਮਹਾਰਾਜ ਦੇ ਸਿਰ 'ਤੇ ਰੱਖਣਾ ਚਾਹੁੰਦੇ ਹੈ, ਉਹ ਗਿੱਠ ਸਵਾ ਗਿੱਠ ਜਾਂ ਇੱਕ ਫੁੱਟ, ਇੱਕ ਹੱਥ ਉੱਥੇ ਰਹੀ, ਉਹ ਹੈਰਾਨ ਬੱਲੇ ਬੱਲੇ ਉਹ ਪੰਡ ਸੀ ਤੇ ਟਿਕਦੀ, ਹੈਰਾਨ ਜੇ ਹੋ ਗਏ, ਅੜੀਅੜ ਘੋੜਾ ਜਿਹਾ ਇੱਕ ਮਰਦਾਨੇ ਨੂੰ ਫੜਾ ਤਾ, ਭਾਈ ਬਾਲੇ ਦੇ ਰੱਖਦੀ ਪੰਡ, ਆਰੇ ਤੁਰੇ ਕੈਦੀ ਨੂੰ ਚੱਲ ਵਾਤੇ ਮਹਾਰਾਜ, ਕਹਿੰਦੇ ਮਰਦਾਨਿਆ ਸੰਤੀ ਸੁਰਕਾਰ ਕੀਰਤਨ ਕਰੀਏ, ਉਹ ਮਹਾਰਾਜ ਮੁਗਲ ਮਾਰੋ, ਇਹ ਤਾਂ ਪੈਰ ਪੜਦਾ ਦੋ ਹੱਥਾਂ ਨਾਲ ਸਮਟ ਜਾਂਦਾ, ਬਹੁਤ ਭੈੜਾ ਘੋੜਾ। ਉਹ ਕਹਿੰਦੇ ਛੱਡ ਛੱਡਿਆ ਸਰਦਾ ਜੀ ਹੋ ਗਈ, ਟਿਕ ਗਿਆ ਘੋੜਾ, ਉਹ ਆਪੇ ਤੁਰਿਆ ਆ ਰਿਹਾ, ਕਹਿੰਦੇ ਕਮਾਲ ਕਰਦੇ ਹੋਏ ਮਹਾਰਾਜ ਆ ਗਏ, ਬੜੀ ਭਾਰੀ ਚੁੱਕੀ ਰੱਖਦੀ ਮਾਲਕ ਕੋਲ, ਬਾਲੇ ਮਰਦਾਨੇ ਦੇ ਕੋਲ ਵੀ ਚੱਕੀਆਂ ਬੜੀ ਰੱਖੀਆਂ ਹੋਈਆਂ। ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਦੀ 12 ਦਾ ਟੀਕਾਕਰਨ ਖੁਲਾਸਾ ਕੀਤਾ ਵੀ 1100 ਕੈਦੀ ਸੀ, ਉਹ ਵੇਖ ਕੇ ਬੱਲੇ ਬੱਲੇ ਆਪੇ ਚੱਕਿਆ, ਮਹਾਰਾਜ ਸਾਡੇ ਤਾਜੇ ਕੇ ਦਾ ਭਰਾ ਮਰਿਆ, ਕਿਸੇ ਪਤੀ ਬੋਰੀ ਸਾਡੇ ਹਾਲਤ ਹੈ ਚੱਕੀਆਂ, ਕਹਿੰਦੇ ਗਲੇ ਪਾਓ, ਗਲੇ ਪਾਉਂਦੇ ਹੈ ਉਹਨੇ ਛੱਡ ਤੇ ਆਪੇ ਚੱਕੀਆਂ ਚੱਲਦੀਆਂ, ਦਰੋਗਾ ਭੱਜਿਆ ਹੋਇਆ ਉਹ ਇਹ ਜਾ ਗਿਆ ਆਪੇ ਚੱਕੀਆਂ ਚੱਲਦੀ, ਭੱਜਿਆ ਭੱਜਿਆ ਹੋਇਆ, ਕਹਿੰਦੇ ਕਿਰਪਾ ਕਰਦੇ ਦਇਆ ਕਰਦੇ, ਦੇਖੋ ਦੇਖੋ ਦਇਆ ਕਰ ਦਿਓ, ਕਹਿੰਦੇ ਦਇਆ ਕਰਨ ਦਾ ਕੰਮ ਕਰ, ਜਿਹੜੇ ਅੱਤੇ ਵਰਗੇ ਪਠਾਨ ਲੜਾਕੇ ਸੀ ਉਹ ਮਾਰੇ ਗਏ, ਮੁਕਾਬਲਾ ਕੀਤਾ, ਇਹਨਾਂ ਨੇ ਕੀ ਕੀਤਾ, ਬੁੱਢਿਆਂ ਨੇ ਕੀਤਾ, ਬੱਚਿਆਂ ਨੇ ਕੀਤਾ, ਇਹਨਾਂ ਬੀਬੀਆਂ ਨੇ ਕੀਤਾ, ਇਹਨਾਂ ਨੂੰ ਛੱਡ, ਮਹਾਰਾਜ ਦੇ ਵਚਨ ਮੰਨ ਕੇ 1100 ਜੇਲੀ ਛੱਡ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਗਏ, ਮਹਾਰਾਜ ਮੇਰੇ ਕੋਲ ਕਦੇ ਰਾਜ ਹੋਏ ਨੇ, ਮੈਂ ਗਰੀਬ ਹੈ, ਗਰੀਬ ਹੈ,
ਕਹਿੰਦੇ ਚਲੋ ਮੰਗਵਾ ਰਾਹ ਦੇ ਦਿੰਦੇ ਆ ਤੈਨੂੰ, ਜਦੋਂ ਤੱਕ ਨਿਆ ਕਰੂ ਰਹੂਗਾ ਸੀਸ ਵਾਰ ਕੇ ਤੇਰੇ ਤੋਂ ਫਿਰ ਲੈ ਲਾਂਗੇ ਅਸੀਂ। ਫਿਰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾ ਕਰਾਏ, ਰਾਜਿਆਂ ਦੇ ਰਾਜ ਭਾਗ ਦਵਾਏ, ਇਹ ਘੋੜਾ ਆਪਣੇ ਕੋਲੋਂ ਦਿੱਤਾ, ਉਹਨਾਂ ਨੂੰ ਬਹਾਲ ਕਰਾਇਆ। ਫਿਰ ਦਸਵੇਂ ਜਾਮੇ ਵਿੱਚ ਬਹਾਦਰ ਸ਼ਾਹ ਕਹਿੰਦਾ ਮੇਰੇ ਪਿਓ ਨੇ ਸਾਰੀ ਉਮਰ ਉਹਨਾਂ ਦੇ ਕੰਮ ਨਾ ਦੇਖੋ, ਉਹਨਾਂ ਦੇ ਕਰਤੂਤ ਨਾ ਦੇਖੋ, ਮੈਨੂੰ ਮੰਗਵਾ ਰਾਹ ਦੇ ਦਿਓ। ਤਾਰਾ ਆਜਮ ਬਾਦ ਸੂਬੇ ਸੀ ਵਜ਼ੀਰਾਦ, ਉਹ ਰਾਜ ਰੋਣ ਲੈਣ ਦੇ ਉਹ ਮਾਰਿਆ ਜੰਗ ਵਿੱਚ, ਰਾਹ ਦਵਾ ਕੇ ਖੁਸ਼ ਹੋ ਗਿਆ। ਇਹ ਕਹਿੰਦੇ ਸੇਵਾ ਦੱਸੋ, ਔਰੰਗਜ਼ੇਬ ਦੇ ਸਾਰੇ ਜੈਲੀ ਸਾਰੇ ਕੈਦੀ ਛਡਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਵੇਂ ਜਾਮੇ ਵਿੱਚ। ਗਤਕ ਹੋਵੇ ਸਾਧ ਸੰਗ ਚੜਿਆ ਮਹੀਨਾ, ਇਹਦੇ ਸੰਗਤ ਹੋ ਜੇ ਵਡਭਾਗਿਆਂ ਦੀ ਗੁਰਮੁਖਾਂ ਪਿਆਰਿਆਂ ਦੀ, ਬਿਨ ਸਹਿ ਸੋਭੇ ਸੋਚ ਸਾਰੀਆਂ ਸੋਚਾਂ ਚੀਖਾ ਵਾਂਗ ਸੋਚ ਖਤਮ ਹੋ ਜਾਂਦੀਆਂ ਹਨ। ਸੋ ਸਮਾਂ ਸੁਣਨਾ ਪਾ ਕੁਝ ਗੁਣ ਗ੍ਰਹਿਣ ਕਰ ਲਈਏ। ਬੜਾ ਕੁਝ ਆਇਆ, ਕਰਮਾਂ ਦਾ ਜ਼ਿਕਰ ਆਇਆ, ਕਿਤੇ ਕਰਮ ਦਾ ਫਲ ਭੋਗਣ ਦਾ ਆ ਰਿਹਾ, ਗੁਣ ਗ੍ਰਹਿਣ ਕਰਨ ਦਾ, ਉਗਣ ਛੱਡਣ ਦਾ ਆਇਆ, ਬੜਾ ਕੁਝ ਆਇਆ ਸੁਣਿਆ। ਆਪਾਂ ਕਹਿਣ ਸੁਣ ਵਾਲੇ ਸਾਨੂੰ ਸਮਰੱਥ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ, ਸੁਣਿਆ ਮੰਨਿਆ ਮਨ ਕੀਤਾ ਭਉ ਲੋਕ ਸੁਖੀ ਪਰਲੋਕ ਸਹਿਲੇ ਹੋਈਏ। ਦਿਓ ਸੱਜਣ ਸੇਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਭਾਈ ਸਿੰਘ ਦਾ ਧੰਨਵਾਦ, ਇਸ ਲੰਗਰ ਤਿਆਰ ਹੈ ਜਿਹਨਾਂ ਨੇ ਛਕਿਆ ਪ੍ਰੇਮ ਨਾਲ ਛਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਪੈਰਦਾਸ ਜੀ।